ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਸੈੱਟ ਕਰਨ ਦੇ ਲਈ 65 ਘਰਾਂ ਦੇ ਇੱਕ ਪਿੰਡ ਨੇ ਸੂਬੇ ਦੇ ਵਿੱਚ ਮਿਸਾਲ ਕਾਇਮ ਕੀਤੀ ਹੈ। ਕਿਹੜਾ ਪਿੰਡ ਹੈ ਅਤੇ ਮਿਸਾਲ ਕੀ ਹੈ, ਇੱਕ ਖਾਸ ਰਿਪੋਰਟ। ਇਹ ਹੈ ਮਾਨਸਾ ਦਾ ਪਿੰਡ ਅਸਪਾਲ ਕੋਠੇ। ਕਹਿਣ ਲਈ ਤਾਂ ਇਹ ਪਿੰਡ 65 ਘਰਾਂ ਦਾ ਛੋਟਾ ਜਿਹਾ ਪਿੰਡ ਹੈ, ਪਰ ਇਸ ਪਿੰਡ ਨੇ ਸੂਬੇ 'ਚ ਵੱਡੀ ਮਿਸਾਲ ਕਾਇਮ ਕੀਤੀ। ਦਰਅਸਲ ਪਿੰਡ ਦੇ ਕਰੀਬ 65 ਘਰਾਂ 'ਚ ਵਰਤੇ ਜਾ ਚੁੱਕੇ ਪਾਣੀ ਨੂੰ ਨਾਲੀਆਂ 'ਚ ਵਹਾਉਣ ਦੀ ਬਜਾਏ ਸੋਕਪਿਟ ਪ੍ਰਣਾਲੀ ਰਾਹੀਂ ਮੁੜ ਧਰਤੀ 'ਚ ਭੇਜਿਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਵੀ ਸੁਧਾਰ ਆਉਂਦਾ ਹੈ। ਫਾਇਦੇ ਤਾਂ ਦੇਖੋ ਜੀ ਇਹੀ ਨੇ ਜਿਹੜੇ, ਮਤਲਬ ਆਪਣਾ ਸਭ ਤੋਂ ਵੱਡਾ ਫਾਇਦਾ ਤਾਂ ਇਹੀ ਆ, ਸਾਡਾ ਪਾਣੀ ਬਾਹਰ ਨਹੀਂ ਜਾਂਦਾ, ਸਾਡਾ ਪਾਣੀ ਧਰਤੀ 'ਚ ਰਿਚਾਰਜ ਹੋ ਜਾਂਦਾ। ਇਹ ਬਹੁਤ ਵੱਡਾ ਫਾਇਦਾ ਸਾਡਾ, ਮਤਲਬ ਜੇ ਬਾਕੀ ਦੂਜਾ ਫਾਇਦਾ ਮੱਖੀ ਮੱਛਰ ਨਾਲੀਆਂ 'ਤੇ ਨਹੀਂ ਬਹਿੰਦਾ, ਨਾਲੀਆਂ ਹੈ ਨਹੀਂ ਜਿਹਦੇ ਸੋਕਪਿੱਟ ਚੱਲ ਰਹੇ ਨੇ, ਸਾਡੇ 3-4 ਘਰਾਂ ਦੇ ਲਗਾਤਾਰ ਚੱਲੇ, ਸਾਡੇ ਵਰਗੇ ਨਾਲੀ ਹੈ ਨਹੀਂ ਜੀ, ਨਾਲੀ ਵਿੱਚ ਪਾਣੀ ਨਹੀਂ ਜਾਂਦਾ, ਨਾਲੀ ਬੰਦ ਪਈ ਆ। ਇਹ ਮੱਖੀ ਮੱਛਰ ਤੋਂ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਲਾਭ ਹੈਗਾ, ਇਹ ਫਾਇਦਾ ਵੀ ਬਹੁਤ ਵੱਡਾ ਗਾ ਜਿਹੜਾ ਆਪਣਾ ਥੱਲੇ ਪਾਣੀ ਜਾਂਦਾ। ਅਸੀਂ ਤਾਂ ਇਹੀ ਕਹਾਂਗੇ ਜੀ ਵੀ ਪਾਣੀ ਵੱਧ ਤੋਂ ਵੱਧ ਬਚਾਓ, ਪਾਣੀ ਥੱਲੀ ਭੇਜੋ ਧਰਤੀ ਦੇ ਵਿੱਚ, ਪਾਣੀ ਬਾਹਰ ਨਾਲੀਆਂ 'ਚ ਵੇਸਟ ਨਾ ਕਰਨ। ਉੱਧਰ ਡਿਪਟੀ ਕਮਿਸ਼ਨਰ ਮੁਤਾਬਿਕ ਇਹ ਪ੍ਰੋਜੈਕਟ ਬਹੁਤ ਲਾਹੇਵੰਦ ਸਾਬਿਤ ਹੋ ਰਿਹਾ ਹੈ ਕਿਉਂਕਿ ਇਹ ਪਾਣੀ ਨੂੰ ਸੜਕਾਂ 'ਤੇ ਫੈਲਣ ਤੋਂ ਬਚਾਉਂਦਾ ਹੈ। ਸੋਕਪਿੱਟ ਦਾ ਜਿੱਥੇ ਤੱਕ ਸਵਾਲ ਹੈਗਾ ਜੀ, ਇਹ ਇੱਕ ਤਾਂ ਜਿੱਥੇ ਕਈ ਵਾਰੀ ਪਿੰਡਾਂ 'ਚ ਜਾਂ ਘਰ ਤੋਂ ਥੋੜ੍ਹਾ ਜਿਹਾ ਦੂਰ ਹੁੰਦੇ, ਬਸਤੀ ਪਿੰਡ ਤੋਂ ਥੋੜ੍ਹਾ ਬਾਹਰ ਬਾਈ ਹੁੰਦੀ ਹੈਗੀ ਆ, ਜਾਂ ਪਿੰਡ 'ਚ ਖੇਤਾਂ 'ਚ ਲੋਕਾਂ ਨੇ ਘਰ ਬਣਾਏ ਹੋਏ ਹੈਗੇ ਨੇ, ਜਾਂ ਜਿਸ ਤਰ੍ਹਾਂ ਸਕੂਲ ਹੈਗੇ ਨੇ, ਸਕੂਲ ਥੋੜ੍ਹਾ ਬਾਹਰ ਬਾਈ ਹੁੰਦੇ ਨੇ, ਜਾਂ ਹੋਰ ਕਈ ਇੱਦਾਂ ਦੇ ਜਿਹੜੇ ਹੈਬੀਟੈਂਟਸ ਹੈਗੇ ਨੇ, ਉਹ ਥੋੜ੍ਹਾ ਦੂਰ ਹੋਣ ਕਰਕੇ ਜਿਹੜੇ ਗਲੀਆਂ ਨਾਲ ਜਿੱਥੇ ਨਹੀਂ ਬਣੀਆਂ ਹੁੰਦੀਆਂ ਉੱਥੇ ਉਹ ਬੜੇ ਫਾਇਦੇਮੰਦ ਨੇ ਹੈਗੇ, ਕਿਉਂਕਿ ਜਿਹੜਾ ਪਾਣੀ ਹੈ ਗੰਦਾ, ਉੱਕ ਤਾਂ ਉਹ ਪਾਣੀ ਜਿਹੜਾ ਹੈਗਾ ਧਰਤੀ ਦੇ ਵਿੱਚ ਪਾਇਆ ਜਾਂਦਾ ਹੈਗਾ, ਪਾਣੀ ਜਿਹੜਾ ਵੇਸਟ ਨਹੀਂ ਹੁੰਦਾ ਉਹ ਰੀਚਾਰਜ ਹੋ ਜਾਂਦਾ, ਸਾਡਾ ਜਿਹੜਾ ਅੱਜ ਸਮੇਂ ਦੀ ਲੋੜ ਹੈਗੀ ਹੈ ਕਿ ਉਹਨੂੰ ਰੀਚਾਰਜ ਕੀਤਾ ਜਾਵੇ ਪਾਣੀ ਨੂੰ। ਜਿੱਥੇ ਇਹ ਲੋਕ ਪਾਣੀ ਦੀ ਬਚਤ ਕਰ ਰਹੇ ਉੱਥੇ ਹੀ ਇਸ ਪਿੰਡ ਦੀਆਂ ਕੰਧਾਂ ਵੀ ਪਾਣੀ ਬਚਾਉਣ ਦਾ ਸੁਨੇਹਾ ਦੇ ਰਹੀਆਂ। ਇਹ ਪਿੰਡ ਭਾਵੇਂ ਛੋਟਾ ਹੈ ਪਰ ਇਸ ਪਿੰਡ ਦੇ ਲੋਕਾਂ ਦੀ ਸਮਝ ਉਹਨਾਂ ਲੋਕਾਂ ਤੋਂ ਕਾਫੀ ਉੱਚੀ ਹੈ ਜੋ ਪਾਣੀ ਦੀ ਬਰਬਾਦੀ ਕਰ ਰਹੇ ਨੇ, ਤੇ ਲੋੜ ਹੈ ਇਹਨਾਂ ਲੋਕਾਂ ਤੋਂ ਕੁਝ ਸਿੱਖਣ ਦੀ। ਮਾਨਸਾ ਤੋਂ ਇੰਡੀਆ ਨਿਊਜ਼ ਪੰਜਾਬ ਲਈ ਵਿਨੋਦ ਗੋਇਲ ਦੀ ਰਿਪੋਰਟ।